ਦੋਸਤੋ ਕਿੱਦਾਂ, ਕੀ ਹਾਲ ਚਾਲ? ਚਲੋ ਅੱਜ ਮੈਂ ਤੁਹਾਨੂੰ ਵਧੀਆ ਵਧੀਆ ਜੋਕ ਸੁਣਾਉਣਾ। ਅੱਜ ਕੱਲ੍ਹ ਤੁਸੀਂ ਸੁਣਦੇ ਹੋਵੋਗੇ ਬਹੁਤ ਬੰਬ ਸ਼ੈਲਿੰਗ ਹੋ ਰਹੀ ਬਾਰਡਰ ਦੇ ਉੱਪਰ, ਕਦੇ ਉੱਧਰ ਬੰਬ ਚੱਲ ਰਹੇ, ਕਦੇ ਉੱਧਰ ਬੰਬ ਚੱਲ ਰਹੇ। ਇੱਦਾਂ ਹੀ ਬਾਰਡਰ ਦੇ ਕੋਲ ਹੀ ਨਾ ਫੌਜੀ ਰਹਿੰਦਾ ਸੀ, ਅਤੇ ਫੌਜੀ ਦਾ ਨਾ ਫੇਰੇ ਹੋ ਰਹੇ ਸੀ, ਵਿਆਹ ਹੋ ਰਿਹਾ ਸੀ। ਇਹਦਾ ਮੇਨ ਟਾਈਮ ਫੋਨ ਆ ਜਾਂਦਾ ਜੀ ਕਿ ਬਾਰਡਰ 'ਤੇ ਇਮੀਜੀਏਟਲੀ ਹਾਜ਼ਰ ਹੋ ਜਾਓ। ਅੱਛਾ, ਬੇਚਾਰਾ ਨੇ ਹਲੇ ਆਪਣੀ ਬੋਟੀ ਦਾ ਮੂੰਹ ਵੀ ਨਹੀਂ ਦੇਖਿਆ, ਅਗਲਾ ਫਟਾਫਟ ਆਪਣਾ ਦੋਰੀਆ ਬਿਸਤਰ ਚੁੱਕ ਕੇ ਬਾਰਡਰ ਪਹੁੰਚ ਗਿਆ। ਬਾਰਡਰ ਪਹੁੰਚ ਗਿਆ, 5-7 ਦਿਨ ਬੰਬ ਸ਼ੈਲਿੰਗ ਕੱਟੀ, ਅਤੇ ਡਰਦਾ ਡਰਦਾ ਨਾ ਆਪਣੇ ਕਮਾਂਡਿੰਗ ਅਫਸਰ ਕੋਲ ਗਿਆ। ਕਹਿੰਦਾ, ਸਰ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਵਿਆਹ ਹੁੰਦਾ ਪਿਆ ਸੀ, ਫੇਰੇ ਵੀ ਹਲੇ ਪੂਰੇ ਨਹੀਂ ਹੋਏ ਸੀ, ਤਾਂ ਮੈਨੂੰ ਆਉਣਾ ਪੈ ਗਿਆ, ਅਤੇ ਪਲੀਜ਼ ਮੈਨੂੰ ਛੁੱਟੀ ਦੇ ਦਿਓ। ਉਹਨੂੰ ਵੀ ਤਰਸ ਆ ਗਿਆ ਕਮਾਂਡਿੰਗ ਅਫਸਰ ਨੂੰ ਕਿ ਚੱਲ ਬੰਦੇ ਦਾ ਵਿਆਹ ਹੋ ਰਿਹਾ ਸੀ, ਚਲੋ ਇਹਨੂੰ ਵਾਪਸ ਛੁੱਟੀ ਦੇ ਦਿੰਦੇ ਹਾਂ। ਕਹਿੰਦਾ, ਤੂੰ ਉਹਦੇ ਪਿੰਡ ਕੋਲ ਰਹਿੰਦਾ, ਤੂੰ ਚਲੇ ਜਾ, ਹੁਣੇ ਚਲੇ ਜਾ, ਅਤੇ ਤੂੰ ਫਰਾਈਡੇ ਆ, ਸ਼ੁੱਕਰਵਾਰ ਹੈਗਾ, ਸ਼ੁੱਕਰਵਾਰ, ਸ਼ਨੀ, ਐਤ, ਔਰ ਹਰ ਹਾਲਤ ਦੇ ਵਿੱਚ ਤੈਨੂੰ ਇੱਥੇ ਹਾਜ਼ਰ ਹੋਣਾ ਪੈਣਾ ਸੋਮਵਾਰ, ਗਲਤੀ ਨਾ ਕਰੀ। ਕਹਿੰਦਾ, ਯੈਸ ਸਰ, ਸਰ ਮੈਂ 2 ਦਿਨ ਬਹੁਤ ਨੇ ਮੇਰੇ ਲਈ। ਫੌਜੀ ਆਪਣਾ ਬੋਰੀਆ ਬਿਰਤਾ ਚੁੱਕ ਕੇ ਦੌੜਦਾ ਆਪਣੇ ਪਿੰਡ ਕੋਲ ਪਹੁੰਚਿਆ, ਦੇਖਿਆ ਕਿ ਮਾਂ ਔਰ ਬਾਪੂ ਬਾਹਰ ਬੈਠੇ ਹੋਏ ਨੇ ਮੰਜੀ ਡਾਹ ਕੇ, ਨਾ ਮਾਂ ਨੂੰ ਪੈਰੀ ਹੱਥ, ਨਾ ਬਾਪੂ ਨੂੰ ਪੈਰੀ ਹੱਥ। ਦੌੜਦਾ ਦੌੜਦਾ ਅੰਦਰ ਕਮਰੇ ਅੰਦਰ ਗਿਆ, ਆਪਣੀ ਜਨਾਨੀ ਦਾ ਹੱਥ ਫੜਿਆ, ਕਮਰੇ ਦੀ ਲਾਇਆ, ਥਕਾ ਮਾਰ ਕੇ ਕੁੰਡੀ ਮਾਰੀ, ਤਾਂ ਉਹਨੂੰ ਪਲੰਗ ਦੇ ਉੱਪਰ ਸੁੱਟਿਆ। ਉਹ ਕਹੇ, ਜਾਨੀ, ਨਾ ਜੀ ਨਾ ਜੀ ਨਾ ਜੀ। ਤਾਂ ਫੌਜੀ ਕਹੇ, ਨਾ ਜੀ ਦਾ ਕੀ ਮਤਲਬ, ਮੈਂ ਇੰਨੀ ਦੂਰੋਂ ਦੌੜਦਾ ਦੌੜਦਾ ਆਇਆ, ਤਾਂ ਤੂੰ ਨਾ ਜੀ ਨਾ ਜੀ? ਕਹਿੰਦੀ, ਮੈਂ ਨਹੀਂ ਕੁਛ ਕਰ ਸਕਦੀ ਜੀ, ਮੈਂ ਨਹੀਂ ਕੁਛ ਕਰ। ਕਹਿੰਦਾ, ਹੋਇਆ ਕੀ ਹੈ ਤੈਨੂੰ? ਕਹਿੰਦਾ, ਕਹਿੰਦੀ ਜੀ, ਮੈਨੂੰ ਨਾ ਪੀਰੀਅਡ ਆਏ ਹੋਏ ਨੇ, ਅਤੇ ਮੈਂ ਕੁਛ ਨਹੀਂ ਕਰ ਸਕਦੀ। ਉਹ ਕਹਿੰਦਾ, ਸਰ ਇਹ ਕੀ ਹੋਇਆ? KLPD ਹੋ ਗਈ ਆਪਣੇ ਨਾਲ, ਟੈਲੀਗ੍ਰਾਮ ਦਿੰਦਾ ਆਪਣੇ ਕਮਾਂਡਿੰਗ ਅਫਸਰ ਨੂੰ, ਉਹਦੇ ਵਿੱਚ ਕੀ ਦਿੰਦਾ, ਸਰ ਰੈੱਡ ਫਲੱਡ ਅਹੈਡ, ਅਟੈਕ ਇਜ ਨਾਟ ਪੋਸੀਬਲ, ਐਕਸਟੈਂਡ ਲੀਵ। ਟੈਲੀਗ੍ਰਾਮ ਪਹੁੰਚੀ ਸੀ ਕਮਾਂਡਿੰਗ ਅਫਸਰ ਕੋਲ, ਕਹਿੰਦਾ, ਸਾਰਾ ਕਿੱਡਾ ਮਾਦਾ ਚੋਦ, ਬਹਾਨੇ ਬਾਅਦ ਛੁੱਟੀ ਵਧਾਉਣ ਦੇ ਚੱਕਰ ਦੇ ਵਿੱਚ ਬਹਾਨਾ ਦੇਖੋ ਕੀ ਲਾਇਆ। ਉਹਨਾਂ ਨੂੰ ਰਿਟਰਨ ਰਿਪਲਾਈ ਦਿੰਦਾ ਟੈਲੀਗ੍ਰਾਮ, ਇਫ ਰੈੱਡ ਫਲੱਡ ਅਹੈਡ, ਅਟੈਕ ਇਜ ਨਾਟ ਪੋਸੀਬਲ, ਅਟੈਕ ਫਰੋਮ ਬੈਕ ਸਾਈਡ ਐਂਡ ਕਮ ਇਮੀਡੀਏਟ। ਚਲੋ ਦੋਸਤ, ਤੁਹਾਨੂੰ ਇੱਕ ਨਵਾਂ ਜੋਕ ਸੁਣਾਵਾਂ। ਤੁਸੀਂ ਦੇਖਿਆ ਹੋਣਾ ਹਰ ਗਲੀ ਦੇ ਕੋਲ ਕੋਈ ਨਾ ਕੋਈ ਕਰਿਆਨੇ ਵਾਲਾ ਹੁੰਦਾ ਹੀ ਹੈ। ਇੱਦਾਂ ਇੱਕ ਲਾਲਾ ਜੀ ਸੀ, ਲਾਲੇ ਜੀ ਦੀ ਕਰਿਆਨੇ ਦੀ ਦੁਕਾਨ ਸੀਗੀ, ਤਾਂ ਲਾਲਾ ਜੀ ਨੇ ਇੱਕ ਤੋਤਾ ਪਾਲਿਆ ਹੋਇਆ ਸੀ ਆਪਣੇ ਕਰਿਆਨੇ ਦੀ ਦੁਕਾਨ 'ਤੇ। ਉਹ ਸਦਾ ਨਾ ਉਹਨਾਂ ਦੇ ਕਾਊਂਟਰ 'ਤੇ ਹੀ ਰਹਿੰਦਾ ਸੀ ਪਿੰਜਰੇ ਦੇ ਵਿੱਚ। ਇੱਕ ਦਿਨ ਕੀ ਹੋਇਆ, ਜਨਾਨੀ ਉਹਨਾਂ ਦੀ ਗਲੀ ਦੇ ਵਿੱਚੋਂ ਆਈ, ਤਾਂ ਕਰਿਆਨਾ ਲੈਣ ਲਈ ਆਈ, ਜਦੋਂ ਐਂਟਰ ਕੀਤੀ ਦੁਕਾਨ ਦੇ ਉੱਪਰ, ਤਾਂ ਤੋਤਾ ਕਹਿਣ ਲੱਗਿਆ, ਲਾਲਾ ਜੀ ਗਸ਼ਤੀ, ਲਾਲਾ ਜੀ ਗਸ਼ਤੀ। ਜਨਾਨੀ ਨੇ ਦੇਖਿਆ, ਉਹ ਤਾਂ ਤੜਫ ਗਈ, ਆਖੀ ਤੋਤਾ ਬਕਵਾਸ ਕਰੀ ਜਾਂਦਾ। ਤੋ ਲਾਲੇ ਨੇ ਐਵੇਂ ਦੇਖਿਆ, ਭੈਣ ਜੀ ਮਾਫ਼ ਕਰ ਦਿਓ, ਮਾਫ਼ ਕਰ ਦਿਓ, ਇਹ ਤੋਤਾ ਬਹੁਤ ਬਦਤਮੀਜ਼ ਹੋ ਗਿਆ, ਮੈਨੂੰ ਅੱਜ ਹੀ ਉਡਾ ਦੇਣਾ, ਅੱਜ ਹੀ ਉਡਾ ਦੇਣਾ, ਬਹੁਤ ਬਦਤਮੀਜ਼ ਹੋ ਗਿਆ। ਜਨਾਨੀ ਗੁੱਸੇ ਦੇ ਵਿੱਚ ਪੈਰ ਪਟਕਦੀ ਹੋਈ ਵਾਪਸ ਚਲੀ ਗਈ, ਅਤੇ ਲਾਲਾ ਜੀ ਆਪਣੇ ਕੰਮ ਦੇ ਵਿੱਚ ਬੀਜ਼ੀ ਹੋ ਗਏ, ਬੀਜ਼ੀ ਹੋ ਗਏ, ਤੋਤਾ ਵੀ ਉੱਥੇ ਹੀ ਰਹਿ ਗਿਆ, ਅਤੇ ਲਾਲਾ ਜੀ ਵੀ ਉੱਥੇ ਹੀ ਰਹਿ ਗਏ। ਤਾਂ 10-15 ਦਿਨ ਹੋਏ, ਅਤੇ ਲਾਲਾ ਜੀ ਨੇ ਦੇਖਿਆ ਕਿ ਉਹ ਦੁਬਾਰਾ ਉਹੀ ਉਹ ਸੇਮ ਜਨਾਨੀ ਉਹਨਾਂ ਦੀ ਦੁਕਾਨ ਵੱਲ ਹੀ ਆ ਰਹੀ। ਜਦੋਂ ਉਹਨੇ ਦੇਖਿਆ ਕਿ ਉੱਧਰ ਆ ਰਹੀ ਹੈ, ਤਾਂ ਉਹਨਾਂ ਕਹਿੰਦਾ, ਅੱਜ ਤਾਂ ਪੈਣੀਆਂ ਜੁੱਤੀਆਂ, ਤੋਤਾ ਵੀ ਇੱਥੇ ਹੀ ਹੈ। ਤਾਂ ਉਹ ਲਾਲਾ ਜੀ ਕੀ ਕਰਦੇ, ਉੱਥੇ ਨਾ ਪੇਂਟ ਦਾ ਕਾਲਾ ਡੱਬਾ ਪਿਆ ਹੋਇਆ ਸੀ, ਉਹ ਫੜੋ ਫੜ ਬਰੱਸ਼ ਲੈ ਕੇ ਨਾਲ ਹੀ ਆਪਣਾ ਰੰਗਦਾਰ ਤੋਤੇ ਨੂੰ ਕਾਲਾ ਲਿਆ। ਜਨਾਨੀ ਆਈ, ਪਹਿਲੀ ਨਜ਼ਰ ਉਹਦੀ ਤੋਤੇ ਦੇ ਪਿੰਜਰੇ ਦੇ ਉੱਪਰ, ਪਿੰਜਰੇ ਦੇ ਉੱਪਰ ਨਜ਼ਰ ਪਈ, ਅਤੇ ਇਸ ਤੋਂ ਪਹਿਲੇ ਕਿ ਤੋਤਾ ਕੁਛ ਕਹਿੰਦਾ, ਲਾਲਾ ਜੀ ਐਕਸਪਲੇਨੇਸ਼ਨ ਦੇਣ ਲੱਗ ਪਏ, ਭੈਣ ਜੀ ਉਹ ਤਾਂ ਬਹੁਤ ਬਦਤਮੀਜ਼ ਤੋਤਾ ਸੀ, ਉਹ ਤਾਂ ਮੈਂ ਉਦੋਂ ਹੀ ਉਡਾ ਦਿੱਤਾ, ਆਹ ਮੇਰਾ ਤੋਤਾ ਜਿਹੜਾ ਨਾ ਇਹ ਦੋਸਤ ਨੇ ਅਫਰੀਕਾ ਤੋਂ ਭੇਜਿਆ, ਇੰਨਾ ਸਾਊ ਤੋਤਾ ਹੈਗਾ ਕਿ ਲੋ ਰੱਬ ਦਾ ਨਾਮ। ਕਹਿੰਦਾ, ਇਹਦਾ 1 ਲੱਤ ਚੁੱਕੋ, ਅਤੇ ਕਹਿੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਗਰ ਇਹਦੀ 2 ਲੱਤ ਚੁੱਕੋ, ਇਹ ਕਹਿੰਦਾ, ਰਾਮ 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 ਰਾਮ। ਇੰਨਾ ਵਧੀਆ ਤੋਤਾ ਹੈ, ਇੰਨੀ ਦੇਰ ਤੇ ਨਾ ਜਾਣੇ ਵਧੀਆ, ਲਾਲਾ ਜੀ ਅਗਰ ਇਹਦੀਆਂ 2 ਲੱਤਾਂ ਚੁੱਕੋ ਤਾਂ ਤੋਤਾ ਨਾਲ ਬੋਲਿਆ, ਲਾਲਾ ਜੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਸਾਡੀ ਗਸ਼ਤੀ ਹੈ। ਲਓ ਦੋਸਤੋ, ਇੱਕ ਹੋਰ ਨਵਾਂ ਚੁਟਕਲਾ ਸੁਣਾਵਾਂ ਤੁਹਾਨੂੰ।
ਇੱਕ ਦਿਨ ਕੀ ਹੋਇਆ, ਇੱਕ ਨਵੀਂ ਨਵੀਂ ਬਹੂ ਆਪਣੇ ਨਾ ਸੱਸ ਦੇ ਪੈਰ ਦਵਾ ਰਹੀ ਸੀ, ਤੇ ਪੈਰ ਦਵਾਉਂਦੇ ਦਵਾਉਂਦੇ ਉਹਦੀ ਸਾੜੀ ਨੂੰ ਉੱਪਰ ਚੱਕੀ ਗਈ। ਬਹੂ ਕਹਿੰਦੀ ਪ੍ਰਣਾਮ। ਸੱਸ ਬੜੀ ਹੈਰਾਨ ਹੋਈ, ਕਿਹਨੂੰ ਪ੍ਰਣਾਮ ਕਰ ਰਹੀ? ਹੁਣ ਪੁੱਛਦੀ ਬਹੂ ਕਿਹਨੂੰ ਪ੍ਰਣਾਮ ਕਰ ਰਹੀ? ਕਹਿੰਦੀ ਮੈਂ ਸਸੁਰ ਜੀ ਦੀ ਰਣ ਭੂਮੀ ਤੇ ਪਤੀ ਦੀ ਜਨਮ ਭੂਮੀ ਨੂੰ ਪ੍ਰਣਾਮ ਕਰ ਰਹੀ। ਏਦਾਂ ਹੀ ਇੱਕ ਵਾਰ ਕੀ ਹੋਇਆ, ਇੱਕ ਬੱਸ ਦੇ ਵਿੱਚ ਨਾ ਇੱਕ ਬੜਾ ਸਮਾਰਟ ਜਿਹਾ ਯੰਗ ਬੰਦਾ ਕੋਈ 12-13 ਬੱਚਿਆਂ ਨੂੰ ਲੈ ਕੇ ਬੈਠਾ ਹੋਇਆ, ਤੇ ਪਿੱਛੇ ਇੱਕ ਕੁੜੀ ਬੈਠੀ ਹੋਈ ਸੀ। ਇੰਨੇ ਬੱਚੇ ਇਹਦੇ, ਉਹਦੇ ਕੋਲ ਰੁਕਿਆ ਨਹੀਂ ਗਿਆ, ਉਹਦੇ ਕੋਲ ਜਾ ਕੇ ਪੁੱਛਦੀ ਇਹ ਸਾਰੇ ਬੱਚੇ ਤੁਹਾਡੇ ਨੇ? ਕਹਿੰਦਾ ਨਹੀਂ ਨਹੀਂ ਮੈਂ ਤਾਂ ਸੇਲਸਮੈਨ ਹੈਗਾ ਇੱਕ ਕੌਂਡਨ ਕੰਪਨੀ ਦਾ, ਇਹ ਤਾਂ ਸਾਰੀਆਂ ਕੰਪਲੇਂਟ ਲੈ ਕੇ ਜਾ ਰਿਹਾ। ਇੱਦਾਂ ਹੀ ਕੀ ਹੋਇਆ, ਇੱਕ ਵਾਰ ਬਾਬਾ ਜੀ ਡਾਕਟਰ ਕੋਲ ਗਏ, ਡਾਕਟਰ ਜੀ ਨੇ ਚੈੱਕਅਪ ਕੀਤਾ ਤੇ ਡਾਕਟਰ ਜੀ ਕਹਿਣ ਲੱਗੇ ਬਾਬਾ ਜੀ ਤੁਹਾਡੀਆਂ ਦੋਨੋਂ ਗੋਲੀਆਂ ਕੱਢਣੀਆਂ ਪੈਣੀਆਂ। ਬਾਬਾ ਕਹਿੰਦਾ ਪੁੱਤਰ ਕੱਢ ਦੇ, ਜਾਂ ਤਾਂ ਸਾਡਾ ਬੰਦੂਕ ਹੀ ਖਾਲੀ ਹੈਗੀ, ਗੋਲੀਆਂ ਕੀ ਕਰਨੀਆਂ ਮੈਂ ਰੱਖ ਕੇ। ਚਲੋ ਵਿਆਹ ਦੇ ਨੋਟੀ ਜੋਕ ਸੁਣਾਉਂਦੇ। ਇੱਕ ਵਾਰ ਕੀ ਹੋਇਆ, ਇੱਕ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ, ਬੜਾ ਪਰੇਸ਼ਾਨ, ਪਰ ਪੜੋਸੀ ਵੀ ਬਹੁਤ ਪਰੇਸ਼ਾਨ ਕਰਦੇ ਸੀ, ਕਾਕਾ ਤੇਰਾ ਵਿਆਹ ਕਿਉਂ ਨਹੀਂ ਹੋ ਰਿਹਾ, ਇੰਨੀ ਉਮਰ ਹੋ ਗਈ, ਵਿਆਹ ਕਿਉਂ ਨਹੀਂ ਹੁੰਦਾ ਤੇਰਾ? ਤਾਂ ਉਹ ਨਾ ਬੜਾ ਪਰੇਸ਼ਾਨ ਸੀਗਾ, ਘਰਦੇ ਵੀ ਉਹਦੇ ਬੜੇ ਪਰੇਸ਼ਾਨ ਸੀਗੇ। ਇੱਕ ਦਿਨ ਨਾ ਉਹਨੂੰ ਇੱਕ ਬਾਬਾ ਬਜ਼ੁਰਗ ਕਹਿੰਦਾ, ਕਹਿੰਦਾ ਉਹ ਬੰਟੀ ਤੂੰ ਨਾ ਇੱਥੋਂ 2-3 ਕਿਲੋਮੀਟਰ ਨਾ ਪਿੰਡ ਤੋਂ ਅੱਗੇ ਜਾ ਕੇ ਜੰਗਲ ਹੈ, ਜੰਗਲ ਦੇ ਵਿੱਚ ਨਾ ਉੱਥੇ ਮਸੀਤ ਹੈਗੀ ਹੈ ਇੱਕ ਪੁਰਾਣੀ ਜੰਗਲ ਦੇ ਵਿੱਚ, ਉੱਥੇ ਜਾ ਕੇ ਨਾ ਸੁੱਖਣ ਕਰਕੇ ਆ ਕਿ ਮੇਰਾ ਵਿਆਹ ਹੋ ਜਾਵੇ, ਮੈਂ ਇੱਥੇ ਚਾਦਰ ਚੜ੍ਹਾਉਂਦਾ। ਮੁੰਡਾ ਜੀ ਗਿਆ ਉੱਥੇ ਸੁੱਖਣ ਰੱਖਣ ਕਰਕੇ ਆਇਆ ਕਿ ਮੈਂ ਇੱਥੇ ਚਾਦਰ ਚੜ੍ਹਾਉਂਗਾ, ਮੇਰਾ ਵਿਆਹ ਹੋ ਜਾਵੇ, ਮੈਂ ਬੜਾ ਪਰੇਸ਼ਾਨ ਹੈ। ਤਾਂ ਚਲੋ ਜੀ ਆਪਣੇ ਘਰ ਨੂੰ ਆ, ਜਦੋਂ ਉਹ ਗਲੀ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਬੜਾ ਰਸ਼ ਪਿਆ ਹੋਇਆ, ਉਹਦੇ ਘਰ ਦੇ ਬਾਹਰ ਬੜੇ ਲੋਕ ਇਕੱਠੇ ਹੋਏ ਹੋਏ। ਤੇ ਇੰਨੀ ਦੇਰ ਦੇ ਵਿੱਚ ਨਾ ਉਹਦਾ ਪੜੋਸੀ ਕਹਿੰਦਾ ਉਹ ਬੰਟੀ ਤੂੰ ਕਿੱਥੇ ਸੀ, ਉਹ ਬੰਟੀ ਕਿੱਥੇ ਸੀ, ਤੈਨੂੰ ਇੰਨੀ ਦੇਰ ਦੇ ਲੱਭਦੇ, ਤੇਰੀ ਇਹ ਮਾਂ ਮਰ ਗਈ। ਮਾਂ ਮਰ ਗਈ, ਕੀ ਹੋਇਆ ਉਹਨੂੰ? ਉਹ ਤਾਂ ਬਿਲਕੁਲ ਠੀਕ ਸੀ। ਕਹਿੰਦੇ ਪਤਾ ਨਹੀਂ ਕੀ ਹੋਇਆ, ਇਕਦਮ ਹੀ ਤੇਰੀ ਮਾਂ ਦੀ ਡੈਥ ਹੋ ਗਈ, ਚੱਲ ਤੈਨੂੰ ਸਾਰਾ ਇੰਤਜ਼ਾਰ ਕਰਦੇ ਪਏ ਨੇ ਤੇਰਾ। ਕਹਿੰਦਾ ਨਹੀਂ ਨਹੀਂ ਤੁਸੀਂ 2 ਮਿੰਟ ਰੁਕੋ, ਮੈਂ ਆਇਆ, ਹੁਣ ਹੀ ਆਇਆ। ਉਹ ਕਹਿੰਦੇ ਉਹ ਰੋਕਦੇ ਰਹੇ, ਪਰ ਉਹ ਬੰਟੀ ਦੌੜਦਾ ਹੋਇਆ ਫਿਰ ਜੰਗਲ ਦੇ ਕੋਲ ਗਿਆ, ਉੱਥੇ ਮਸੀਤ ਕੋਲ ਜਾ ਕੇ ਕਹਿੰਦਾ, ਕਹਿੰਦਾ ਯਾ ਖੁਦਾ ਤੇਰੀ ਦੇਖੀ ਖੁਦਾਈ, ਆਪਣੀ ਲੈਂਦੇ ਲੈਂਦੇ ਭਾਪੇ ਦੀ ਵੀ ਗਵਾਈ। ਇੱਦਾਂ ਹੀ ਇੱਕ ਵਾਰ ਹੋਇਆ, ਮੁੰਡੇ ਦਾ ਹੋ ਗਿਆ ਵਿਆਹ, ਮੁੰਡੇ ਦੇ ਵਿੱਚ ਬੜੀ ਈਗੋ, ਤੇ ਸੁਹਾਗ ਰਾਤ ਮਨਾ ਕੇ ਤਾਂ 500 ਦਾ ਨੋਟ ਕੱਢਿਆ ਉਹਨੇ ਆਪਣੀ ਜਨਾਨੀ ਵੱਲ, 500 ਦਾ ਨੋਟ ਦੇ ਕਹਿੰਦਾ, ਕਹਿੰਦਾ ਅਸੀਂ ਇਹ ਫ੍ਰੀ ਕੰਮ ਨਹੀਂ ਕਰਦੇ, ਅਸੀਂ ਬਿਨਾਂ ਪੈਸੇ ਤੋਂ ਇਹ ਕੰਮ ਨਹੀਂ ਕਰਦੇ। ਤੇ ਜਨਾਨੀ ਵੀ ਬੜੀ ਹੁਸ਼ਿਆਰ ਸੀ, ਉਹਨੇ ਵੀ 200 ਰੁਪਏ ਕੱਢੇ ਵਾਪਸ ਦੇ ਤੇ, ਕਹਿੰਦੇ ਜਿਹੜਾ ਮੇਰਾ ਰੇਟ ਹੈ ਮੈਂ ਉਹੀ ਲੈਣੀ, ਹੋਰ ਇਸ ਤੋਂ ਜ਼ਿਆਦਾ ਨਹੀਂ। ਇੱਕ ਨਾ ਕੁੜੀ ਆਪਣੀ ਮਾਂ ਦੇ ਕੋਲ ਗਈ, ਮਾਂ ਨੂੰ ਪੁੱਛਦੀ ਹੈ, ਮਾਂ ਮਾਂ ਇਹ ਐਲ ਕੀ ਹੁੰਦਾ ਹੈ? ਮਾਂ ਨੇ ਉਹਦੇ ਵੱਲ ਮੁਸਕਰਾ ਕੇ ਦੇਖਿਆ, ਕਹਿੰਦੀ ਜਦੋਂ ਤੂੰ ਵੱਡੀ ਹੋ ਜਾਏਗੀ ਨਾ, ਚੰਗੀ ਕੁੜੀ ਹੋ ਬਣੇਗੀ ਨਾ, ਤਾਂ ਤੈਨੂੰ ਵੀ ਇੱਕ ਮਿਲੇਗਾ ਐਲ। ਲੜਕੀ ਕਹਿੰਦੀ ਅਗਰ ਮੈਂ ਬੁਰੀ ਕੁੜੀ ਬਣ ਗਈ ਤਾਂ? ਮਾਂ ਕਹਿੰਦੀ ਇੱਕ ਦੀ ਜਗ੍ਹਾ ਬਹੁਤ ਜ਼ਿਆਦਾ ਮਿਲਣਗੇ ਤੈਨੂੰ ਐਲ। ਦੋ ਮੀਆਂ ਬੀਬੀ ਸੀ, ਉਹਨਾਂ ਨੇ ਆਪਣੇ ਨਾ ਜਿਹੜੇ ਸੈਕਸ ਕਰਨਾ ਹੁੰਦਾ ਸੀ, ਉਹਨਾਂ ਨੇ ਇੱਕ ਸੈਕਸ ਕੋਡ ਰੱਖ ਲਿਆ ਕਿ ਆ ਜਾ ਕੱਪੜੇ ਧੋਈਏ। ਤਾਂ ਹਸਬੈਂਡ ਨੇ ਆਵਾਜ਼ ਮਾਰੀ, ਉਹ ਨਿਰਮਲ ਆ ਜਾ ਹੁਣ, ਆ ਜਾ ਕੱਪੜੇ ਧੋਈਏ। ਕਹਿੰਦੀ ਰੁਕੋ ਰੁਕੋ ਰੁਕੋ, 1-1.5 ਘੰਟਾ ਰੁਕੋ, ਮੈਨੂੰ ਰਸੋਈ ਦਾ ਕੰਮ ਕਰਨਾ, ਬਾਅਦ 'ਚ ਕੱਪੜੇ ਧੋਨੇ। 1-1.5 ਘੰਟੇ ਬਾਅਦ ਨਿਰਮਲ ਜੀ ਨੇ ਆਵਾਜ਼ ਮਾਰੀ, ਚਲੋ ਆਓ ਜੀ ਕੱਪੜੇ ਧੋਈਏ। ਕਹਿੰਦਾ ਹੁਣ ਕੀ ਕੱਪੜੇ ਧੋਣੇ, ਅਸੀਂ ਆਪਣੇ 2-4 ਕੱਪੜੇ ਜਿਹੜੇ ਹੱਥ ਨਾਲ ਹੀ ਧੋਲੇ ਨੇ, ਹੁਣ ਸਾਨੂੰ ਮਸ਼ੀਨ ਦੀ ਜ਼ਰੂਰਤ ਨਹੀਂ ਹੈਗੀ।